ਵਾਹਿਗੁਰੂ ਜੀ ਕੀ ਫਤਿਹ। ਵਰਿੰਦਰ ਕੌਰ ਜੀ ਔਰ ਸਾਰੀ ਸੰਗਤ ਹਿਰਦੇ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਯਾਦ ਕੀਤਾ, ਸੰਗਤੀ ਰੂਪ ਵਿੱਚ ਅਸੀਂ ਸਾਰੇ ਜਾਣੇ ਇਕੱਠੇ ਹੋਏ ਹਾਂ ਜੀ। ਤੋ ਸੰਗਤ ਜੀ, ਅੱਜ ਅਸੀਂ ਵਿਚਾਰਾਂ ਕਰਾਂਗੇ ਵਿਕਟਿਮ ਮਾਈਂਡਸੈਟ ਦੇ ਉੱਤੇ। ਇਹ ਬਹੁਤ ਜ਼ਿਆਦਾ ਸੰਗਤ ਨੂੰ, ਮਤਲਬ ਬੰਦੇ ਨੂੰ ਪਤਾ ਨਹੀਂ ਚੱਲਦਾ ਕਿ ਮੇਰਾ ਵਿਕਟਿਮ ਮਾਈਂਡਸੈਟ ਹੋ ਚੁੱਕਾ ਹੈ। ਇਹ ਕੀ ਹੈ, ਕਿਵੇਂ ਸਾਨੂੰ ਪਤਾ ਚੱਲੇ ਕਿ ਵਿਕਟਿਮ ਮਾਈਂਡਸੈਟ ਤਾਂ ਵਿੱਚ ਤਾਂ ਨਹੀਂ ਅਸੀਂ ਕਿਤੇ ਜਾ ਰਹੇ, ਔਰ ਉਹਦੇ ਵਿੱਚੋਂ ਬਾਹਰ ਕਿਵੇਂ ਅਸੀਂ ਨਿਕਲੀਏ, ਇਹਦੇ ਬਾਰੇ ਅਸੀਂ ਵਿਚਾਰਾਂ ਕਰਾਂਗੇ। ਇਹਦੇ ਉੱਤੇ ਰਿਸਰਚਸ ਹੋਈਆਂ ਨੇ ਬਹੁਤ ਸਾਰੀਆਂ, ਸਾਈਕੋਲੋਜਿਸਟ ਨੇ ਕੀਤੀਆਂ, ਯੂਨੀਵਰਸਿਟੀਜ਼ ਦੇ ਵਿੱਚ ਰਿਸਰਚਸ ਹੋਈਆਂ ਨੇ। ਉਹ ਕਹਿੰਦੇ ਨੇ ਕਿ ਇਹ ਇੱਕ ਸੋਚਣ ਦਾ ਇੱਕ ਤਰੀਕਾ ਆ, ਵਿਕਟਿਮ ਮਾਈਂਡਸੈਟ ਇੱਕ ਐਟੀਟਿਊਡ ਆ ਇਹੋ ਜਿਹਾ, ਜਿਹਦੇ ਵਿੱਚ ਬੰਦਾ ਆਪਣੇ ਆਪ ਨੂੰ ਵਿਚਾਰਾ ਜਿਹਾ ਸਮਝਦਾ ਹੈ, ਖੁਦ ਹੀ ਆਪਣੇ ਖਿਆਲਾਂ ਵਿੱਚ ਮੈਂ ਤਾਂ ਵਿਚਾਰਾ ਜਿਹਾ ਆ, ਤੇ ਮੇਰੀ ਕੋਈ ਬਾਤ ਪੁੱਛੇ, ਮੇਰੀ ਕੇਅਰ ਕਰੇ, ਮੈਨੂੰ ਸੁਣੇ, ਔਰ ਉਹਦੇ ਵਿੱਚ ਹੋਰ ਉਹਦੀਆਂ ਕੀ ਫੀਲਿੰਗਸ ਆ, ਆਪਣੇ ਆਪ ਨੂੰ ਪੇਨ ਪੀੜਿਤ ਜਿਹਾ ਸਮਝਦਾ ਆ, ਮੈਂ ਦੁਖੀ ਆ, ਮੈਂ ਵਿਚਾਰਾ ਆ, ਮੈਂ ਪੀੜਿਤ ਆ, ਔਰ ਮੈਂ ਕਮਜ਼ੋਰ ਆ, ਪਾਵਰਲੈਸ ਆ ਮੈਂ, ਔਰ ਐਨਰਜੀ ਵੀ ਆਪਣੀ ਲੋਅ ਫੀਲ ਕਰਦਾ ਆ, ਔਰ ਦੂਸਰਿਆਂ ਤੋਂ ਆਪਣੇ ਆਪ ਨੂੰ ਘੱਟ ਸੋਚ ਰਿਹਾ ਆ, ਪਾਸਟ ਦੀਆਂ ਦੁੱਖ ਦੀਆਂ ਯਾਦਾਂ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਨਹੀਂ ਪਾਉਂਦਾ, ਜਾਂ ਪ੍ਰੈਜੈਂਟ ਵਿੱਚ ਵੀ ਅਗਰ ਕੁਛ ਹੋਇਆ ਹੋਵੇ ਤਾਂ ਉਹਦੇ ਵਿੱਚ ਇੰਨਾ ਜ਼ਿਆਦਾ ਉਹ ਸਟੱਕ ਹੋ ਜਾਂਦਾ ਕਿ ਆਪਣੇ ਆਪ ਨੂੰ ਉਹਦੇ ਵਿੱਚੋਂ ਕੱਢ ਨਹੀਂ ਪਾਉਂਦਾ, ਉਹ ਹੈਲਪਲੈਸ ਜਿਹਾ ਫੀਲ ਕਰਦਾ, ਔਰ ਕਹਿੰਦਾ ਦੂਸਰਾ ਮੈਨੂੰ ਕੋਈ ਇਸ ਇਹਦੇ ਵਿੱਚੋਂ ਕੱਢ ਕੇ ਜਿਹੜਾ ਬਾਹਰ ਰੱਖੇ। ਸੋ ਬਾਰ ਬਾਰ ਉਹ ਜਿਹੜਾ ਆ ਸੋਚੀ ਜਾਂਦਾ ਦੁੱਖਾਂ ਬਾਰੇ, ਔਰ ਆਪਣੇ ਦੁੱਖ ਦਾ ਕਾਰਨ ਵੀ ਦੂਸਰਿਆਂ ਨੂੰ ਸਮਝਦਾ ਆ, ਦੂਸਰਿਆਂ ਨੂੰ ਬਲੇਮ ਦਿੰਦਾ ਆ, ਔਰ ਦੂਸਰਿਆਂ ਦੀ ਸਿੰਪਥੀ ਲੈਣਾ ਚਾਹੁੰਦਾ। ਜਿਵੇਂ ਅਸੀਂ ਐਗਜ਼ਾਮਪਲ ਲਈਏ, ਮੰਨ ਲਓ ਕੋਈ ਬਿਮਾਰ ਹੋ ਗਿਆ, ਤੇ ਜਦੋਂ ਕੋਈ ਬਿਮਾਰ ਹੁੰਦਾ ਸਾਰੇ ਉਹਦੀ ਕੇਅਰ ਵੀ ਕਰਦੇ ਆ, ਪੁੱਛਦੇ ਵੀ ਹੈ, ਕਈ ਕੰਮਾਂ ਵਿੱਚ ਉਹਦੀ ਹੈਲਪ ਵੀ ਹੋ ਜਾਂਦੀ ਹੈ, ਤੇ ਉਹਨੂੰ ਕਿਤੇ ਨਾ ਕਿਤੇ ਚੰਗਾ ਲੱਗਣ ਲੱਗ ਜਾਂਦਾ। ਉਹ ਕਹਿੰਦਾ ਆਹ ਤਾਂ ਬੜਾ ਵਧੀਆ ਹੋ ਗਿਆ, ਅੱਗੇ ਕੋਈ ਮੇਰੀ ਬਾਤ ਨਹੀਂ ਸੀ ਪੁੱਛਦਾ, ਹੁਣ ਸਾਰੇ ਮੇਰੇ ਵਿੱਚ ਧਿਆਨ ਦੇ ਰਹੇ ਆ, ਮੇਰੇ ਕੰਮਾਂ ਵਿੱਚ ਵੀ ਹੈਲਪ ਹੋ ਰਹੀ ਹੈ। ਸੋ ਉਹਨੂੰ ਪਤਾ ਨਹੀਂ ਚੱਲਦਾ, ਸਬਕੌਂਸ਼ੀਅਸ ਮਾਈਂਡ ਦੇ ਉੱਤੇ ਕਿਤੇ ਨਾ ਕਿਤੇ ਉਹਨੂੰ ਇਹ ਅੱਛਾ ਲੱਗਣਾ ਸ਼ੁਰੂ ਹੋ ਜਾਂਦਾ। ਫਿਰ ਉਹ ਆਪਣੇ ਆਪ ਨੂੰ ਵਿਚਾਰਾ ਜਿਹਾ ਸਮਝ ਕੇ ਨਾ ਬਿਮਾਰ ਸ਼ੋ ਕਰੀ ਜਾਊਗਾ, ਜਾਂ ਮੈਂ ਤਾਂ ਦੁਖੀ ਹਾਂ, ਦੂਸਰਿਆਂ ਦੀ ਸਿੰਪਥੀ ਲੈਣ ਦੇ ਵਾਸਤੇ। ਉਹਨੂੰ ਨਹੀਂ ਪਤਾ ਚੱਲਦਾ ਵੀ ਕਿਹੜੇ ਵੇਲੇ ਹੋ ਗਿਆ, ਕਿਉਂਕਿ ਜਦੋਂ ਅੰਦਰੋਂ ਇੱਕ ਉਹਨੂੰ ਉਦੋਂ ਚੰਗਾ ਲੱਗਿਆ ਸੀ ਜਦੋਂ ਉਹਦੀ ਕਿਸੇ ਨੇ ਕੇਅਰ ਕੀਤੀ ਸੀ, ਉਹਦੀ ਬਾਤ ਪੁੱਛੀ ਸੀ ਬਿਮਾਰੀ ਵਿੱਚ ਜਾਂ ਦੁੱਖ ਵਿੱਚ ਜਾਂ ਕਸ਼ਟ ਦੇ ਵਿੱਚ, ਹੁਣ ਉਹਨੂੰ ਇਹ ਚੰਗਾ ਲੱਗਣ ਲੱਗ ਗਿਆ ਕਿ ਮੈਂ ਵਿਚਾਰਾ ਜਿਹਾ ਬਣਿਆ ਰਵਾਂ, ਦੂਸਰੇ ਮੇਰੀ ਬਾਤ ਪੁੱਛਣ। ਸੋ ਉਹ ਕਹਿੰਦੇ ਨੇ ਇਸ ਚੱਕਰ ਦੇ ਵਿੱਚ ਉਹ ਆਪਣੀ ਬਿਮਾਰੀ ਨੂੰ ਬਹਾਨਾ ਬਣਾ ਕੇ ਜਾਂ ਆਪਣੇ ਦੁੱਖਾਂ ਨੂੰ ਬਹਾਨਾ ਬਣਾ ਕੇ, ਕਿਉਂਕਿ ਦੂਸਰਿਆਂ ਦੀ ਸਿੰਪਥੀ ਲੈਣਾ ਚਾਹੁੰਦਾ ਆ, ਇਸ ਚੱਕਰ ਦੇ ਵਿੱਚ ਆਪਣੀ ਸਭ ਤੋਂ ਵੱਡੀ ਜਿਹੜਾ ਉਹਦੇ ਕੋਲ ਇੱਕ ਐਡੀ ਵੱਡੀ ਸ਼ਕਤੀ ਆ ਆਪਣੀ ਆਤਮਾ ਦੀ, ਜਾਂ ਇਹਨਾਂ ਨੂੰ ਸੈਲਫ ਰਿਲਾਇਲੈਂਸ ਇਹਨਾਂ ਨੇ ਕਿਹਾ ਆ, ਵੀ ਉਸ ਸ਼ਕਤੀ ਨੂੰ ਆਪਣੇ ਕੀਮਤੀ ਗਿਫਟ ਨੂੰ ਖੋਹ ਦਿੰਦਾ ਆ, ਜਿਹੜੀ ਉਹਦੇ ਕੋਲ ਆਪਣੇ ਕੋਲ ਪਾਵਰ ਆ, ਆਪਣੇ ਕੋਲ ਸ਼ਕਤੀ ਆ ਕਿ ਉਹ ਹਰ ਦੁੱਖ ਵਿੱਚੋਂ ਹਰ ਸਿਚੁਏਸ਼ਨ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਸਕਦਾ ਆ। ਪਰ ਉਹ ਵਿਚਾਰਾ ਜਿਹਾ ਬਣ ਕੇ ਦੂਸਰਿਆਂ ਦੀ ਸਿੰਪਥੀ ਲੈਣਾ ਚਾਹੁੰਦਾ ਹੈ, ਔਰ ਜਾਂਦਾ ਦੂਸਰੇ ਹੀ ਬਸ ਮੇਰੀ ਬਾਤ ਪੁੱਛੀ ਜਾਣ। ਸੋ ਇਹਦੇ ਰਿਸਰਚਸ ਹੋਈਆਂ ਨਿਊਯਾਰਕ ਯੂਨੀਵਰਸਿਟੀ, ਇਹਨਾਂ ਨੇ ਬੜੀਆਂ ਰਿਸਰਚਸ ਕੀਤੀਆਂ, ਇੱਥੋਂ ਦੇ ਸਾਈਕੋਲੋਜਿਸਟ ਨੇ ਜਿਹੜੇ ਨੇ ਏਰੀਏਲਾ ਵੀ ਨੇ, ਇਹ ਕਹਿੰਦੇ ਨੇ ਜੋ ਵੀ ਤੁਸੀਂ ਸੋਚਦੇ ਹੋ, ਜੋ ਵੀ ਤੁਸੀਂ ਬੋਲਦੇ ਹੋ, ਤੁਸੀਂ ਆਪਣਾ ਫਿਊਚਰ ਡਿਟਰਮਾਈਨ ਕਰ ਰਹੇ ਹੋ। ਇਹਨੂੰ ਉਹਨਾਂ ਨੇ ਬੜਾ ਸੋਹਣਾ ਇਹ ਨਾਮ ਦਿੱਤਾ ਕਿ ਸੈਲਫ ਫੁਲਫਿਲਿੰਗ ਪ੍ਰੋਫੈਸੀ ਇਹਨੂੰ ਕਹਿੰਦੇ ਨੇ, ਮਤਲਬ ਤੁਸੀਂ ਆਪਣਾ ਭਵਿੱਖ ਆਪਣਾ ਫਿਊਚਰ ਡਿਕਲੇਅਰ ਕਰ ਰਹੇ ਹੋ। ਜੇ ਤੁਸੀਂ ਦੱਸੀ ਜਾਂਦੇ ਹੋ ਮੈਂ ਦੁਖੀ ਹਾਂ, ਮੈਂ ਵਿਚਾਰਾ ਹਾਂ, ਮੇਰੇ ਨਾਲ ਸਾਰੇ ਇਉਂ ਕਰਦੇ ਨੇ, ਬਲੇਮ ਕਰੀ ਜਾਂਦੇ ਹੋ ਦੂਸਰੇ ਨੂੰ, ਤਾਂ ਤੁਸੀਂ ਉਸ ਚੀਜ਼ ਨੂੰ ਅਟਰੈਕਟ ਕਰ ਰਹੇ ਹੋ ਆਪਣੀ ਲਾਈਫ ਦੇ ਵਿੱਚ, ਉਹੋ ਜਿਹਾ ਤੁਹਾਡਾ ਫਿਊਚਰ ਬਣ ਜਾਏਗਾ। ਸੋ ਇਹ ਕਹਿੰਦੇ ਨੇ ਕਿ ਤੁਸੀਂ ਜਿਹੜਾ ਆ ਜੋ ਤੁਹਾਨੂੰ ਜਿਹੜੀ ਅਗਰ ਸਿੰਪਥੀ ਮਿਲ ਰਹੀ ਆ ਨਾ, ਇਹਨੂੰ ਇੰਜੋਏ ਨਾ ਕਰੋ, ਰੁੰਦੂ ਜਿਹੇ ਨਾ ਬਣੋ, ਵਿਚਾਰੇ ਜਿਹੇ ਨਾ ਬਣੋ, ਇੱਦਾਂ ਨਾ ਸੋਚੀ ਜਾਓ ਕੋਈ ਮੇਰੀ ਕੇਅਰ ਕਰੇ, ਕੋਈ ਮੇਰੀ ਬਾਤ ਪੁੱਛੇ। ਹਾਂ ਵਾਕਈ ਜਦੋਂ ਤੁਹਾਨੂੰ ਜ਼ਰੂਰਤ ਆ, ਕਈ ਵਾਰ ਸਾਨੂੰ ਜ਼ਿੰਦਗੀ ਜ਼ਰੂਰਤ ਵੀ ਹੁੰਦੀ ਦੂਸਰਿਆਂ ਦੀ ਹੈਲਪ ਦੀ, ਵੀ ਕੋਈ ਗੱਲ ਸ਼ੇਅਰ ਕਰੀਏ ਤਾਂ ਥੋੜ੍ਹੀ ਜਿਹੀ ਲੋੜ ਵੀ ਹੁੰਦੀ ਕਿ ਸਾਨੂੰ ਥੋੜ੍ਹਾ ਜਿਹਾ ਕੋਈ ਅਪਲਿਫਟ ਕਰ ਦੇਵੇ, ਉਹ ਠੀਕ ਆ। ਜਿੱਥੇ ਵਾਕਈ ਤੁਹਾਨੂੰ ਹੈਲਪ ਦੀ ਲੋੜ ਆ, ਉੱਥੇ ਤੁਸੀਂ ਹੈਲਪ ਸੀਕ ਕਰੋ, ਆਪਣੀ ਗੱਲ ਆਪਣਾ ਦੁੱਖੜਾ ਸ਼ੇਅਰ ਵੀ ਕਰ ਲਓ, ਤਾਂ ਕਿ ਉਹ ਤੁਹਾਡੀ ਕੋਈ ਹੈਲਪ ਕਰ ਦੇਣ, ਸੀਰੀਅਸਲੀ ਜਿਹੜੀ ਤੁਹਾਡੀ ਹੈਲਪ ਕਰਨਾ ਚਾਹੁੰਦੇ ਨੇ। ਬਾਕੀ ਹਰ ਜਗ੍ਹਾ ਰੁੰਦੂ ਜਾਏ ਵਿਚਾਰੇ ਜਾਏ ਬਣ ਕੇ ਆਪਣੇ ਆਪ ਨੂੰ ਵਿਕਟਿਮ ਨਾ ਤੁਸੀਂ ਬਣਨ ਦਿਓ, ਕਿਉਂਕਿ ਇਹਦੇ ਨਾਲ ਕੀ ਹੋਏਗਾ,
कि तुसी कितने ना कितने ओही बनी जा रहे हो, फ्यूचर मतलब थोड़ा ही बन जाएगा, तुसी उहदे विचों फिर बाहर नहीं निकल पाओगे। इन्हां ने इहनूं कहा जिवें मकड़ी दा जाला हुंदा ना, मकड़ी अपना जाला बुन के उहदे विच फसी रह जांदी, इवें ही तुसी विक्टम माइंडसेट विच आप ही अपना जाल बुन रहे हो और उहदे विचों निकलना फिर तुहाडे लई मुश्किल हो जाएगा। सो विक्टम माइंडसेट अपना जिहड़ा आ इहदे विच अगर तुसी हो, बाहर निकलो, तुहाडे विच शक्ति हैगी है, पावर हैगी है, ਤੁਸੀਂ ਆਪਣੇ ਆਪ ਨੂੰ ਹਰ ਸਿਚੁਏਸ਼ਨ ਦੇ ਵਿੱਚ, ਹਰ ਸਰਕਮਸਟੈਂਸਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚੋਂ ਬਾਹਰ ਕੱਢ ਸਕਦੇ ਹੋ। ਜਿੱਥੇ ਵਾਕਈ ਹੈਲਪ ਦੀ ਲੋੜ ਹੈ ਉੱਥੇ ਹੀ ਲਓ। ਸਿੰਪਥੀ ਲੈਣ ਦੇ ਲਈ ਤੁਸੀਂ ਵਿਚਾਰੇ ਜਿਹੇ ਰੋਂਦੂ ਜਿਹੇ ਨਾ ਬਣੋ। ਹੋਰ ਇਹ ਕਹਿੰਦੇ ਨੇ ਅਗਰ ਤੁਸੀਂ ਦੁਖੀ ਹੋ ਨਾ, ਤੁਸੀਂ ਆਪਣਾ ਦੁੱਖੜਾ ਰੋਈ ਜਾਂਦੇ ਹੋ, 50% ਲੋਕ ਤਾਂ ਖੁਸ਼ ਹੁੰਦੇ ਨੇ ਤੁਹਾਡੇ ਦੁੱਖ ਨੂੰ ਦੇਖ ਕੇ। ਬੰਦੇ ਦਾ ਅੱਜ ਦਾ ਮਾਇੰਡ ਇਦਾਂ ਦਾ ਹੋ ਚੁੱਕਾ ਹੈ, ਦੂਸਰਿਆਂ ਦੇ ਦੁੱਖਾਂ ਨੂੰ ਦੇਖ ਕੇ ਖੁਸ਼ ਹੁੰਦੇ ਨੇ। ਔਰ 50% ਲੋਕ ਕਹਿੰਦੇ ਨੇ ਉਹ ਇੰਨੇ ਬਿਜ਼ੀ ਨੇ ਆਪਣੀ ਲਾਈਫ ਦੇ ਵਿੱਚ, ਉਹ ਤੁਹਾਡਾ ਸੁਣਨਾ ਹੀ ਨਹੀਂ ਚਾਹੁੰਦੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਪਈ ਤੁਹਾਡੀ ਲਾਈਫ ਵਿੱਚ ਕੀ ਹੋ ਰਿਹਾ ਹੈ। ਸੋ ਇਸ ਕਰਕੇ ਤੁਹਾਡੇ ਕੋਲ ਹੀ ਸ਼ਕਤੀ ਹੈ, ਤੁਸੀਂ ਆਪਣੇ ਕੋਲ ਆਓ, ਆਪਣੇ ਸੈਲਫ ਦੇ ਕੋਲ ਆਓ, ਆਪਣੀ ਜਿਹੜੀ ਤੁਹਾਡੇ ਕੋਲ ਆਪਣੀ ਇਨਰ ਸਟਰੈਂਥ ਹੈ ਉਹਨੂੰ ਤੁਸੀਂ ਜਗਾਓ। ਸਾਈਕੋਲੋਜਿਸਟ ਕਹਿੰਦੇ ਨੇ ਵੀ ਜਦੋਂ ਤੱਕ ਵਿਅਕਤੀ ਜਿਹੜਾ ਆ ਨਾ ਮੈਚੋਰ ਨਹੀਂ, ਉਹਨੂੰ ਮੰਨਿਆ ਜਾ ਸਕਦਾ, ਉਹਨੂੰ ਬੱਚਾ ਹੀ ਮੰਨਾਂਗੇ ਜਦੋਂ ਤੱਕ ਉਹ ਪਾਸਟ ਦੇ ਇਨਸੀਡੈਂਟਸ ਦੇ ਵਿੱਚੋਂ ਹੈ ਨਾ, ਜਾਂ ਜੋ ਜਿਹੜਾ ਮਾਂ ਬਾਪ ਨੂੰ ਬਲੇਮ ਕਰਦਾ, ਰਿਸ਼ਤੇਦਾਰਾਂ ਨੂੰ, ਸਰਕਮਸਟਾਂਸਿਸ ਨੂੰ, ਸੋਸਾਇਟੀ ਨੂੰ, ਇਵੇਂ ਉਹਨੇ ਮੇਰੇ ਨਾਲ ਇਵੇਂ ਕੀਤਾ ਸੀ, ਇਹ ਕਰੀ ਜਾਂਦਾ ਆ, ਪੂਰੀ ਤਰ੍ਹਾਂ ਇਹਨਾਂ ਸਾਰਿਆਂ ਨੂੰ ਫਰਗਿਵ ਨਹੀਂ ਕਰ ਦਿੰਦਾ, ਬਲੇਮ ਕਰਨਾ ਬੰਦ ਨਹੀਂ ਕਰਦਾ, ਰਿਜੈਂਟਮੈਂਟ ਅੰਦਰੋਂ ਜਿਹੜੀ ਨਹੀਂ ਛੱਡਦਾ, ਤਾਂ ਸਮਝ ਲਓ ਕਿ ਉਹ ਆਪਣੇ ਪੁਰਾਣੇ ਜ਼ਖਮਾਂ ਨੂੰ ਹੀਲ ਹੋਣ ਦਾ ਮੌਕਾ ਨਹੀਂ ਦੇ ਰਿਹਾ। ਇਹ ਰਿਸਰਚ ਸਾਨੂੰ ਦੱਸ ਰਹੀਆਂ ਨੇ। ਫਿਰ ਉਹਨਾਂ ਨੇ ਸਾਨੂੰ ਸਟੈਪਸ ਵੀ ਦੱਸੇ ਨੇ ਕਿਵੇਂ ਬਾਹਰ ਨਿਕਲਣਾ ਆ, ਹੋਰ ਡੀਪ ਸਾਨੂੰ ਲੈ ਕੇ ਗਏ ਨੇ, ਕਿਵੇਂ ਪਤਾ ਚੱਲੇ ਕਿ ਅਸੀਂ ਇੱਥੇ ਫਸੇ ਪਏ ਹਾਂ। ਕੋਲੰਬੀਆ ਯੂਨੀਵਰਸਿਟੀ ਐਂਡ ਅਦਰ ਰਿਸਰਚਰਸ ਤੋਂ US ਦੀ ਯੂਨੀਵਰਸਿਟੀ ਇਹ ਕਹਿੰਦੇ ਨੇ ਵਿਕਟਮ ਮਾਈਂਡਸੈਟ ਸੱਚੀ ਹੁੰਦਾ ਆ, ਇਹਨੇ ਕਿ ਨਹੀਂ ਹੁੰਦਾ, ਇਹ ਇੱਕ ਮੈਂਟਲ ਜਿਹੜੀ ਇਲਨੈਸ ਆ। ਸੋ ਇਹਦੇ ਉੱਤੇ ਤੁਸੀਂ ਕੰਮ ਜ਼ਰੂਰ ਕਰੋ, ਅਗਰ ਮਾਨਸਿਕ ਬਿਮਾਰੀ ਆ ਇਹਨੂੰ ਇਗਨੋਰ ਨਾ ਕਰੋ, ਕਿਉਂਕਿ ਇਹਦੇ ਵਿੱਚੋਂ ਤੁਸੀਂ ਬਾਹਰ ਨਿਕਲ ਸਕਦੇ ਹੋ, ਕੋਈ ਲਈ ਦਵਾਈ ਲੈਣ ਦੀ ਵੀ ਜ਼ਰੂਰਤ ਨਹੀਂ ਹੈਗੀ, ਤੁਸੀਂ ਖੁਦ ਹੀ ਇਹਦੇ ਵਿੱਚੋਂ ਨਿਕਲ ਸਕਦੇ ਹੋ। ਤੇ ਫਿਰ ਪਰ ਉਹ ਕਹਿੰਦੇ ਜਦੋਂ ਤੁਸੀਂ ਇਹਦੇ ਤੇ ਨਹੀਂ ਕੰਮ ਕਰਦੇ, ਇਹਦੇ ਵਿੱਚ ਫਸੇ ਰਹਿੰਦੇ ਹੋ, ਕਈ ਵਾਰ ਐਰੀਜ਼ੋਨਾ ਯੂਨੀਵਰਸਿਟੀ ਵਾਲੇ ਕਹਿੰਦੇ ਨੇ ਕਈ ਵਾਰ ਇਹ ਲੋਕ ਫਿਰ ਰਿਸਕੀ ਲਾਈਫ ਸਟਾਈਲ ਅਪਣਾ ਲੈਂਦੇ ਨੇ, ਉਹਦੇ ਚ ਕੀ ਕਰਦੇ ਨੇ ਐਲਕੋਹਲ ਦਾ ਸਹਾਰਾ, ਡਰੱਗਸ ਦਾ ਸਹਾਰਾ ਜਾਂ ਗੈਂਗਸ ਦੇ ਵਿੱਚ ਵੀ ਚਲੇ ਜਾਂਦੇ ਨੇ। ਸੋ ਹੁਣ ਸਾਨੂੰ ਕੀ ਦੱਸਿਆ ਅਸੀਂ ਸਮਝੀਏ ਜਰਾ, ਇਹ ਕਹਿੰਦੇ ਨੇ ਵੀ ਕਿਵੇਂ ਪਤਾ ਚੱਲੇ ਵੀ ਕੀ ਨਿਸ਼ਾਨੀਆਂ ਆ ਵੀ ਅਸੀਂ ਜਿਹੜਾ ਵਿਕਟਮ ਮਾਈਂਡਸੈਟ ਸਾਡਾ ਹੋ ਚੁੱਕਾ ਆ। ਪਹਿਲਾਂ ਤਾਂ ਉਹਦੇ ਚ ਕਹਿੰਦੇ ਨੇ ਵੀ ਕੰਸਟੈਂਟਲੀ ਸੀਕਿੰਗ ਰੈਕੋਗਨਾਈਜੇਸ਼ਨ ਫਾਰ ਵਨਸ ਵਿਕਟਮਾਈਜੇਸ਼ਨ, ਉਹ ਕਹਿੰਦਾ ਵੀ ਮੈਂ ਵਿਚਾਰਾ ਜਿਹਾ ਆ ਤਾਂ ਉਹ ਇੱਦਾਂ ਸੋਚ ਕੇ ਉਹ ਚਾਹੁੰਦਾ ਦੂਸਰੇ ਮੈਨੂੰ ਦੇਖਣ, ਦੂਸਰੇ ਮੇਰੀ ਕੇਅਰ ਕਰਨ, ਇੱਦਾਂ ਆਪਣੇ ਆਪ ਨੂੰ ਅਸੀਂ ਹੁਣ ਚੈੱਕ ਕਰੀ ਜਾਣਾ, ਅਸੀਂ ਤਾਂ ਨਹੀਂ ਇੱਦਾਂ ਚਾਹੁੰਦੇ, ਕੋਈ ਦੁੱਖ ਆ ਗਿਆ ਦੂਸਰਾ ਹੀ ਮੇਰੀ ਬਾਤ ਪੁੱਛੇ, ਕੋਈ ਹੈ ਨਾ ਇਸ ਤਰ੍ਹਾਂ, ਇਹ ਆਪਣਾ ਧਿਆਨ ਰੱਖੋ। ਉਹ ਕਹਿੰਦੇ ਨੇ ਇੰਨਾ ਜ਼ਿਆਦਾ ਫਿਰ ਉਹ ਦੂਸਰਿਆਂ ਤੋਂ ਹੈਲਪ ਚਾਹੁੰਦਾ, ਦੂਸਰਾ ਅੱਗੜੇ ਆਪਣੇ ਦੁੱਖ ਰੋਈ ਜਾਂਦਾ ਕਿ ਦੂਸਰਾ ਵੀ ਅਗਰ ਉਹਨੂੰ ਕੋਈ ਦੁੱਖ ਦੱਸੇ, ਸੰਸਾਰ ਵਿੱਚ ਬਾਕੀ ਲੋਕਾਂ ਨੂੰ ਵੀ ਕੋਈ ਪਰੇਸ਼ਾਨੀ ਹੋ ਸਕਦੀ ਹੈ, ਉਹਨੂੰ ਲੱਗਦਾ ਹੀ ਨਹੀਂ ਉਹਨਾਂ ਦਾ ਦੁੱਖ, ਉਹਨੂੰ ਬਸ ਆਪਣੇ ਵਿੱਚ ਹੀ ਉਹ ਫਸਿਆ ਪਿਆ। ਸੋ ਇਹ ਉਹਦੇ ਅੰਦਰੋਂ ਇਹ ਚੀਜ਼ ਉਹਨੂੰ ਫੀਲ ਨਹੀਂ ਹੁੰਦੀ। ਦੂਸਰਾ ਕਹਿੰਦੇ ਹਨ ਮੋਰਲ ਇਲਿਟਿਜ਼ਮ, ਇਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਇੰਨਾ ਵੱਡਾ ਸਮਝ ਲੈਂਦਾ ਆਪਣੇ ਖਿਆਲਾਂ ਵਿੱਚ, ਕਹਿੰਦਾ ਮੇਰਾ ਮੋਰਲ ਗਰਾਊਂਡ ਜਿਹੜਾ ਸਭ ਤੋਂ ਉੱਚਾ ਆ, ਬਾਕੀ ਤਾਂ ਸਾਰੇ ਹੀ ਮਤਲਬ ਬੇਕਾਰ ਨੇ, ਰਿਸ਼ਤੇਦਾਰ ਵੀ, ਸੋਸਾਇਟੀ ਵੀ, ਸਿਸਟਮ ਵੀ, ਸਭ ਨੂੰ ਉਹ ਮਾੜਾ ਗਿਣੀ ਜਾਂਦਾ ਆ। ਤੋ ਅਨਫੇਅਰਲੀ ਫਿਰ ਚੀਜ਼ਾਂ ਨੂੰ ਜੱਜ ਕਰੀ ਜਾਂਦਾ, ਕਿਉਂਕਿ ਆਪਣਾ ਉਹ ਮੋਰਲ ਗਰਾਊਂਡ ਬਹੁਤ ਉਹਨੇ ਉੱਚਾ ਰੱਖਿਆ ਹੋਇਆ, ਬਾਕੀਆਂ ਨੂੰ ਕਿਸੇ ਨੂੰ ਉਹ ਸਮਝਦਾ ਵੀ ਇਹ ਸਾਰੇ ਇਹਨਾਂ ਦਾ ਜ਼ਮੀਰ ਹੀ ਹੈ ਨਹੀਂ ਗਾ, ਜ਼ਮੀਰ ਮਰ ਚੁੱਕਾ ਦੁਨੀਆ ਦਾ, ਉਹ ਇਵੇਂ ਸੋਚਦਾ ਬਸ ਮੇਰਾ ਹੀ ਜ਼ਮੀਰ ਵਧੀਆ ਆ। ਔਰ ਇਹਦੇ ਨਾਲ ਕਹਿੰਦੇ ਉਹ ਅਗਰੈਸਿਵ ਬਹੁਤ ਹੋ ਜਾਂਦਾ ਆ, ਉਹਨੂੰ ਗੁੱਸਾ ਬੜਾ ਆਉਂਦਾ ਆ, ਦੂਸਰਿਆਂ ਦੇ ਉੱਤੇ ਨੁਕਸਾਨ ਆਪਣੇ ਹੀ ਕਰੀ ਜਾਂਦਾ ਆ, ਔਰ ਕਿਸੇ ਦੀ ਉਹਨੂੰ ਅੱਛਾਈ ਨਜ਼ਰ ਹੀ ਨਹੀਂ ਆਉਂਦੀ, ਸਾਰੇ ਉਹਨੂੰ ਬੁਰੇ ਹੀ ਲੱਗਦੇ ਨੇ ਦੁਨੀਆ ਦੇ ਵਿੱਚ, ਉਹ ਕਹਿੰਦਾ ਕਿਸੇ ਪਾਸੇ ਕੁਛ ਵੀ ਨਹੀਂ ਅੱਛਾ ਹੈਗਾ। ਤੇ ਫਿਰ ਇੰਨਾ ਕਿਉਂਕਿ ਆਪਣਾ ਉਹਨੇ ਮੋਰਲ ਗਰਾਊਂਡ ਉੱਚਾ ਰੱਖਿਆ ਹੁੰਦਾ, ਇਸੇ ਚੱਕਰ ਵਿੱਚ ਉਹ ਜਿਹੜੀਆਂ ਉੱਚੀਆਂ ਰੂਹਾਂ ਨੇ, ਬੰਦਗੀ ਵਾਲੀਆਂ ਰੂਹਾਂ ਨੇ, ਸੰਤਾਂ ਲੋਕਾਂ ਨੂੰ ਸੀਕ ਕਰਨ ਲੱਗ ਜਾਂਦਾ ਹੈ। ਇਸ ਕਾਰਨ ਨਹੀਂ ਕਰਦਾ ਕਿ ਮੇਰੀ ਜਿਹੜੀ ਗਰੋਥ ਹੋ ਜਾਵੇ, ਸਪਿਰਚੁਅਲ ਗਰੋਥ ਹੋ ਜਾਵੇ, ਇਸ ਕਾਰਨ ਉਹਨਾਂ ਨੂੰ ਸੀਕ ਨਹੀਂ ਕਰਦਾ, ਇਸ ਕਾਰਨ ਉਹਨਾਂ ਨੂੰ ਲੱਭਦਾ ਕਿ ਉਹ ਮੇਰੇ ਲੈਵਲ ਦੇ ਨੇ,
ਆਪਣੇ ਆਪ ਨੂੰ, ਕਿਉਂਕਿ ਉਹ ਪਿਓਰ ਸਮਝਦਾ ਆ, ਆਪਣਾ ਆਪਣੇ ਆਪ ਨੂੰ ਬਹੁਤ ਉੱਚਾ ਸਮਝਦਾ ਆ, ਉਹ ਕਹਿੰਦਾ ਉਹ ਮੇਰੇ ਲੈਵਲ ਦੇ ਨੇ, ਤਾਂ ਉਹਨਾਂ ਦੇ ਲੈਵਲ ਜਿੰਨਾ ਆਪਣੇ ਆਪ ਨੂੰ ਬਣਾ ਕੇ ਬੈਠ ਜਾਂਦਾ, ਜਦ ਕਿ ਇਹ ਈਗੋ ਦੀ ਨਿਸ਼ਾਨੀ ਆ ਔਰ ਆਪਣੇ ਆਪ ਨੂੰ ਉਹ ਨਹੀਂ ਸਮਝ ਰਿਹਾ ਕਿ ਜਦੋਂ ਮੈਂ ਦੂਸਰਿਆਂ ਦੇ ਅਗਰ ਦੋਸ਼ ਕੱਢੀ ਜਾ ਰਿਹਾ ਆ, ਸਾਰਿਆਂ ਨੂੰ ਬੁਰਾ ਕਹੀ ਜਾ ਰਿਹਾ, ਇਹਦਾ ਮਤਲਬ ਮੇਰੇ ਮੈਂ ਕਮਜ਼ੋਰ ਹੋ ਚੁੱਕਾ, ਮੈਨੂੰ ਆਪਣੇ ਆਪ ਨੂੰ ਦੇਖਣ ਦੀ ਲੋੜ ਹੈ। ਸੋ ਅਸੀਂ ਵੀ ਦੇਖੀਏ, ਸਾਰਿਆਂ ਨੂੰ ਬੁਰਾ ਤਾਂ ਨਹੀਂ ਕਹੀ ਜਾਂਦੇ ਮਨ ਵਿੱਚ, ਖਿਆਲਾਂ ਵਿੱਚ ਵੀ ਸਾਰੇ ਹੀ ਬੁਰੇ ਨੇ। ਅਗਰ ਚੰਗੇ ਵੀ ਸਾਨੂੰ ਨਜ਼ਰ ਆਉਂਦੇ ਨੇ, ਚੰਗਿਆਈਆਂ ਵੀ ਨਜ਼ਰ ਆਉਂਦੀਆਂ ਨੇ, ਤਾਂ ਸ਼ੁਕਰ ਹੈ ਤੁਸੀਂ ਇਸ ਬਿਮਾਰੀ ਵਿੱਚ ਨਹੀਂ ਹੋ। ਫਿਰ ਕਹਿੰਦੇ ਨੇ ਲੈਕ ਆਫ ਇੰਪਥੀ, ਉਹਦੇ ਵਿੱਚ ਇਹ ਚੀਜ਼ ਹੀ ਨਹੀਂ ਰਹਿ ਜਾਂਦੀ। ਅਗਰ ਉਹਨੂੰ ਕੋਈ ਆਪਣਾ ਦੂਸਰਾ ਦੁੱਖ ਦੱਸਦਾ ਹੈ ਨਾ, ਪਰ ਉਹ ਕਹਿੰਦਾ ਨਹੀਂ ਮੈਂ ਇਹੀ ਸਭ ਤੋਂ ਜ਼ਿਆਦਾ ਦੁਖੀ ਹਾਂ, ਦੂਸਰਿਆਂ ਨੂੰ ਨਹੀਂ ਦੁੱਖ, ਬਸ ਆਪਣੇ ਹੀ ਦੁੱਖ, ਵੀ ਮੈਂ ਹੀ ਦੁਨੀਆਂ 'ਚ ਰੱਬਾ ਤੂੰ ਹੀ ਮੈਨੂੰ ਸਭ ਤੋਂ ਜ਼ਿਆਦਾ, ਮੈਨੂੰ ਹੀ ਦੁੱਖ ਦਿੱਤੇ ਨੇ, ਮੇਰੇ ਨਾਲ ਹੀ ਸਾਰਾ ਬੁਰਾ ਹੋਇਆ ਹੈ ਜ਼ਿੰਦਗੀ ਦੇ ਵਿੱਚ, ਦੂਸਰਿਆਂ ਦਾ ਉਹਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ। ਫਿਰ ਅਗਲਾ ਇਹ ਕਹਿੰਦੇ ਨੇ ਵੀ ਉਹ ਫ੍ਰੀਕੁਐਂਟਲੀ ਸੋਚੀ ਜਾਂਦਾ ਆਪਣਾ ਜਿਹੜਾ ਆਪਣੇ ਵਿਚਾਰੇਪਨ ਬਾਰੇ, ਜਾਂ ਜੋ ਉਹਨਾਂ ਨਾਲ ਦੁੱਖ ਆਏ, ਕਸ਼ਟ ਆਏ, ਚਾਹੇ ਪਾਸਟ ਵਿੱਚ, ਪਾਸਟ ਦੀਆਂ ਦੁੱਖਾਂ ਵਿੱਚ ਹੀ ਘਿਰਿਆ ਪਿਆ। ਸਾਰਿਆਂ ਦੇ ਜੀਵਨ ਦੇ ਵਿੱਚ ਕਦੀ ਕੁਛ ਨਾ ਕੁਛ ਹੋਇਆ ਹੁੰਦਾ, ਸਭ ਦੇ ਜੀਵਨ ਵਿੱਚ ਕਦੀ ਦੁੱਖ ਆਏ ਹੁੰਦੇ ਨੇ, ਕਿਸੇ ਨੇ ਵਿਰੋਧ ਕੀਤਾ ਹੁੰਦਾ, ਕਿਸੇ ਨੇ ਟੋਰਚਰ ਵੀ ਕੀਤਾ ਹੁੰਦਾ, ਮੈਂਟਲੀ ਜਾਂ ਫਿਜ਼ੀਕਲੀ ਕੁਛ ਵੀ, ਤਾਂ ਪਰ ਉਹ ਆਪਣੇ ਹੀ ਉਹਦੇ ਵਿੱਚ ਇੰਨਾ ਉੱਚੋਂ ਨਿਕਲ ਹੀ ਨਹੀਂ ਪਾਉਂਦਾ, ਉੱਥੇ ਫਸਿਆ ਹੋਇਆ, ਚਾਹੇ ਕਰੰਟ ਸਿਚੁਏਸ਼ਨ ਦੇ ਵਿੱਚ, ਪ੍ਰੈਜੈਂਟ ਦੇ ਵਿੱਚ ਉਸ ਨਾਲ ਕੁਛ ਵੀ ਨਹੀਂ ਬੁਰਾ ਹੋ ਰਿਹਾ, ਪਰ ਉਹ ਆਪਣੇ ਵਰਤਮਾਨ ਨੂੰ, ਆਪਣੀ ਪ੍ਰੈਜੈਂਟ ਦੀ ਜ਼ਿੰਦਗੀ ਨੂੰ ਨਹੀਂ ਇੰਜੋਏ ਕਰ ਰਿਹਾ, ਉਸੇ ਦੁੱਖ ਦੇ ਵਿੱਚ ਫਸਿਆ ਹੋਇਆ। ਔਰ ਫਿਰ ਇਹਦੇ ਨਾਲ ਕੀ ਹੁੰਦਾ ਕਿ ਇਹਦੇ ਵਿੱਚ ਅੰਦਰੋਂ ਇਹਦੇ ਵਿੱਚ ਮੋਟੀਵੇਸ਼ਨ ਵੀ ਖਤਮ ਹੋ ਜਾਂਦੀ ਆ, ਔਰ ਫਰਗਿਵਨੈਸ ਵੀ ਖਤਮ ਹੋ ਜਾਂਦੀ ਆ, ਮਾਫ਼ ਹੀ ਨਹੀਂ ਕਰ ਪਾਉਂਦਾ। ਤਾਂ ਫਿਰ ਉਹ ਕਹਿੰਦੇ ਕਿ ਵਿਕਟਿਮ ਹੋਣ ਦੀ ਆਦਤ ਤਾਂ ਕਈ ਵਾਰ ਇੰਨੀ ਜ਼ਿਆਦਾ ਉਹਦੇ ਅੰਦਰ ਡਿਵੈਲਪ ਹੋ ਜਾਂਦੀ ਹੈ ਕਿ ਮਤਲਬ ਉਹ ਸਿਰਫ ਬੁਰਾਈਆਂ ਹੀ ਬੁਰਾਈਆਂ ਉਹਨੂੰ ਉਹਨਾਂ ਦੀਆਂ ਨਜ਼ਰ ਆਉਂਦੀਆਂ, ਜਿਨ੍ਹਾਂ ਨੇ ਕਦੀ ਮਾੜਾ ਕੀਤਾ ਹੋਵੇਗਾ ਉਹਨਾਂ ਵਿੱਚ ਕੁਝ ਅੱਛਾ ਵੀ ਤਾਂ ਹੋਵੇਗਾ ਨਾ, ਨਹੀਂ ਦੇਖ ਪਾਉਂਦਾ। ਉਹਨਾਂ ਨੂੰ ਕੁਛ ਲੋਕ ਪਸੰਦ ਵੀ ਤਾਂ ਕਰਦੇ ਹੀ ਹੋਣਗੇ ਨਾ, ਕੋਈ ਉਹਨਾਂ ਦੀਆਂ ਅੱਛਾਈਆਂ ਹੋਣਗੀਆਂ, ਹਰ ਇੱਕ ਦੇ ਵਿੱਚ ਸਾਰਾ ਕੁਛ ਚੰਗਾ ਨਹੀਂ ਹੁੰਦਾ, ਸਾਰਾ ਕੁਛ ਮਾੜਾ ਨਹੀਂ ਹੁੰਦਾ, ਤੋ ਇਹ ਪਰ ਉਹਦੀ ਉਹ ਦ੍ਰਿਸ਼ਟੀ ਜਾਂਦੀ ਨਹੀਂ ਹੈ, ਉਹ ਇਸੇ ਬੁਰਾਈਆਂ ਹੀ ਦਿਖ ਰਿਹਾ ਹੈ। ਹੁਣ ਅਗਲਾ ਉਹ ਕਹਿੰਦੇ ਨੇ ਯੂ ਹੈਵ ਏ ਹੈਬਿਟ ਆਫ ਬਲੇਮਿੰਗ ਅਦਰਸ, ਉਹਦੀ ਆਦਤ ਬਣੀ ਹੁੰਦੀ ਆ ਦੂਸਰਿਆਂ ਨੂੰ ਬਲੇਮ ਹੀ ਕਰੀ ਜਾਣਾ। ਸੋ ਅਸੀਂ ਆਪਣੇ ਆਪ ਨੂੰ ਦੇਖੀਏ ਵੀ ਸਾਡਾ ਆਦਤ ਤਾਂ ਨਹੀਂ ਅਸੀਂ ਬਲੇਮ ਕਰੀ ਜਾਂਦੇ ਦੂਸਰਿਆਂ ਨੂੰ ਹਰ ਗੱਲ ਦੇ ਉੱਤੇ, ਬਹੁਤ ਲੋਕਾਂ ਦਾ ਤੁਸੀਂ ਜੀਵਨ ਵਿੱਚ ਦੇਖਿਆ ਹੋਵੇਗਾ, ਇੰਨੇ ਇੰਨੇ ਵੱਡੇ ਵੀ ਹੋ ਗਏ, ਹਾਲੇ ਤੱਕ ਆਪਣੇ ਮਾਂ ਬਾਪ ਨੂੰ ਬਲੇਮ ਕਰਨਾ ਨਹੀਂ ਛੱਡ ਰਿਹਾ, ਕਹਿੰਦੇ ਮੇਰੇ ਪਿਓ ਨੇ ਮੁੰਡਿਆਂ ਨੂੰ ਵੱਧ ਪਿਆਰ ਕੀਤਾ, ਸਾਨੂੰ ਨਹੀਂ ਕੀਤਾ, ਮੇਰੀ ਮਾਂ ਨੇ ਸਾਨੂੰ ਕੰਮ ਕਰਾਈ ਰੱਖਿਆ, ਸਾਡੀ ਬਾਤ ਨੇ ਪੁੱਛੀ, ਇੱਦਾਂ ਦੀਆਂ ਗੱਲਾਂ ਉਹ ਹਾਲੇ ਤੱਕ ਵੀ ਉਹ ਨਹੀਂ ਛੱਡ ਪਾਉਂਦੇ ਪਏ, ਇੱਦਾਂ ਹੀ ਮਾਂ ਬਾਪ ਦੇ ਨੀ, ਕਿਸੇ ਨਾ ਕਿਸੇ ਨੂੰ ਬਲੇਮ ਉਹਨਾਂ ਨੇ ਕਰੀ ਹੀ ਜਾਣਾ ਆ। ਸੋ ਕਹਿੰਦੇ ਨੇ ਬਲੇਮ ਦੇ ਵਿੱਚ ਸਿਚੁਏਸ਼ਨ ਨੂੰ, ਸੋਸਾਇਟੀ ਨੂੰ, ਰਿਸ਼ਤਿਆਂ ਨੂੰ, ਮਤਲਬ ਕਰੀ ਜਾਣਾ ਉਹਨਾਂ ਨੇ ਬਲੇਮ, ਆਪਣੀ ਰਿਸਪੋਂਸੀਬਿਲਟੀ ਨਹੀਂ ਲੈ ਪਾਉਂਦੇ, ਮੇਰੀ ਵੀ ਰਿਸਪੋਂਸੀਬਿਲਟੀ ਹੈ ਦੁੱਖਾਂ ਦੇ ਕਾਰਨ ਦੇ ਵਿੱਚ, ਆਪਣੀ ਨੂੰ ਨਹੀਂ ਲੈ ਪਾਉਂਦੇ, ਬਸ ਉਹਨਾਂ ਦੇ ਕਾਰਨ ਮੈਨੂੰ ਸੱਸ ਨੀ ਚੰਗੀ ਮਿਲੀ ਤਾਂ ਮੇਰਾ ਜੀਵਨ ਇਹੋ ਜਿਹਾ, ਮੇਰੇ ਪਤੇ ਦੀਆਂ ਨਹੀਂ ਆਦਤਾਂ ਅੱਛੀਆਂ ਇਸ ਕਾਰਨ ਮੇਰਾ ਜੀਵਨ ਇਹੋ ਜਿਹਾ। ਅਗਰ ਉਹ ਨਾ ਸਾਡੇ ਘਰ ਵਿੱਚ ਇਹੋ ਜਿਹਾ ਮੈਂਬਰ ਆ ਜਾਂਦਾ, ਨੋ ਜਾਂ ਇਸ ਤਰ੍ਹਾਂ ਦੀ ਨਾ ਆ ਜਾਂਦੀ, ਜਾਂ ਜਵਾਈ ਨਾ ਇੱਦਾਂ ਦਾ ਹੁੰਦਾ, ਸਾਡੀ ਕੁੜੀ ਦਾ ਜੀਵਨ ਕੁਛ ਹੋਰ ਹੋਣਾ ਸੀ ਇਸ ਤਰ੍ਹਾਂ, ਮਤਲਬ ਦੂਸਰਿਆਂ ਨੂੰ ਬਲੇਮ ਹੀ ਕਰੀ ਜਾਣਾ, ਆਪਣੀ ਰਿਸਪੋਂਸੀਬਿਲਟੀ ਕਿਤੇ ਨਹੀਂ ਲੈਣੀ। ਮੇਰਾ ਵੀ ਕੋਈ ਬਿਹੇਵੀਅਰ ਗਲਤ ਹੋ ਸਕਦਾ, ਮੇਰੀਆਂ ਵੀ ਕੁਛ ਆਦਤਾਂ ਗਲਤ ਹੋ ਸਕਦੀਆਂ, ਦੂਸਰਿਆਂ ਨੂੰ ਹੀ ਕਰੀ ਜਾਣਾ। ਫਿਰ ਇਹ ਕਹਿੰਦੇ ਨੇ ਯੂ ਅਟਰੈਕਟ ਪੀਪਲ ਲਾਈਕ ਯੂ, ਜਿੱਦਾਂ ਦੇ ਤੁਸੀਂ ਹੋ ਉਦਾਂ ਦਿਆਂ ਨੂੰ ਹੀ ਤੁਸੀਂ ਅਟਰੈਕਟ ਕਰਨ ਲੱਗ ਜਾਂਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ। ਨੋਟ ਕਰਿਓ, ਜਿਹਨਾਂ ਨੂੰ ਸੰਗਤ ਜੀ ਚੁਗਲੀ ਨਿੰਦਿਆ ਦੀ ਆਦਤ ਹੁੰਦੀ, ਉਹਨਾਂ ਦੀਆਂ ਦੋਸਤ ਸਹੇਲੀਆਂ ਵੀ ਉਹੋ ਜਿਹੇ ਬਣ ਜਾਂਦੇ ਨੇ, ਉਦਾਂ ਦੀ ਉਹ ਲੱਭਣਗੀਆਂ, ਰਸ ਆਏਗਾ ਕੰਨ ਰਸ ਉਹਨਾਂ ਨੂੰ, ਇਹ ਨੀ ਪਤਾ ਵੀ ਅੰਦਰ ਮੇਲਾ ਹੀ ਬੀਜੀ ਜਾ ਰਹੇ, ਹੋਰ ਪਾਈ ਜਾ ਰਹੇ ਆ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਹੋ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਅਗਰ ਕੋਈ ਪਰਾਈ ਨਿੰਦਿਆ ਕਰ ਵੀ ਰਿਹਾ ਨਾ, ਉਹਨੂੰ ਹਟਾ ਦੇਵੇ, ਉਹਦੇ ਤੋਂ ਅਸੀਂ ਵਾਰੇ ਵਾਲੇ ਹਾਰੇ ਜਾਂਦੇ ਹਾਂ। ਅਗਰ ਤੁਹਾਨੂੰ ਰਸ ਆ ਰਿਹਾ ਕਿਸੇ ਦੀ ਬੁਰਾਈ ਕਰਕੇ ਜਾਂ ਸੁਣ ਕੇ, ਸਮਝ ਲਓ ਵੀ ਇਹ ਕਿਤੇ ਇੱਕ ਪੁਆਇੰਟ ਸਾਡੇ ਵਿੱਚ ਵੀ ਹੈ, ਇਸ ਵਿੱਚੋਂ ਅਸੀਂ ਬਾਹਰ ਨਿਕਲੀਏ। ਸੋ ਆਪਣੇ ਵਰਗੇ ਲੋਕਾਂ ਨੂੰ ਅਟਰੈਕਟ ਕਰ ਰਹੇ ਹੋ, ਹੁਣ ਆਪਣੀ ਕੰਪਨੀ ਦੇਖੋ ਵੀ ਕਿੱਦਾਂ ਦੀ ਆ ਤੁਹਾਡੇ ਕੋਲ, ਕਿਹਨਾਂ ਦੇ ਨਾਲ ਤੁਹਾਡੀ ਬਣਦੀ ਹੈ, ਚੁਗਲੀ ਨਿੰਦਿਆਂ ਵਾਲਿਆਂ ਦੇ ਨਾਲ ਕਿ ਜਾਂ ਜਿਹੜੇ ਇਹਨਾਂ ਗੱਲਾਂ ਤੋਂ ਦੂਰ ਰਹਿੰਦੇ ਨੇ ਉਹਨਾਂ ਦੇ ਨਾਲ ਬਣਦੀ ਹੈ।
ये चेक करना है। हुण जिहड़े इन्हां ने सोल्यूशन दस्से ने, मेन तां असीं इहदे ते कम करिए, हुण सानूं पता चल गया राइट, हुण सोल्यूशन की है। सब तो पहला कहिंदे आइडेंटिफाई करो कि किस चीज तो तुसीं सब तो ज्यादा परेशान हो। हो सकता एक गल तो, दो तो, तीन तो, चार तो, कई जिंदगी ज्यादा घटनावां भी हो जाए, ने हो सकदियां ने, वह कहते ऐसी कोई गल नहीं। आइडेंटिफाई करो तुसीं किस चीज तो परेशान हो और दुख का सोर्स की है, किहदे कारण दुखी हो। फिर दूसरा कहते टेक रिस्पोंसिबिलिटी ऑफ योर लाइफ। हुण इहदे चों निकलण का तरीका की है, अपनी जिंदगी की आप रिस्पोंसिबिलिटी लो, किस तरह लैनी है कि अपने आप नूं मैं ही खुश करना है। इस जो मेरा मन के रहा पिया है इस नैगेटिविटी के विच, इहदे विचों मैं अपने आप नूं आप ही कटना है। फिर वो कहते ने टेक ओनरशिप ऑफ योर थॉट्स, अपने विचारों की ओनरशिप लो। साडे विचार ही सानूं दुखी करते हैं ना, विचारां दे विच आ रहे हैं ना साडे ख्यालां विच, फिर वो विचार फिर गल्लां करन नूं भी गल करते हैं, मैं दुखां दीआं गल्लां करी जावां। सो वो कहिंदे ने अपने थॉट्स नूं, अपने फीलिंग्स नूं तुसीं जिहड़ा आ इहदी ओनरशिप लो और अपनी हैप्पीनैस दी भी लो। ये अपने आप नूं मैं ही खुश करना है, होर किसी ने नहीं करना, और कोई कर भी नहीं पाता जिंदगी। थोड़े टाइम लिए तुहाडा कोई मूड चेंज कर देगा, लेकिन तुहानूं अपनी रिस्पोंसिबिलिटी लेनी पैणी है। तुहाडी जिंदगी है और हैप्पी रहना, खुश रहना तुहाडी ही रिस्पोंसिबिलिटी, होर किसी की नहीं। तुहानूं खुश करना तुहाडी ही रिस्पोंसिबिलिटी है। वह कहिंदे दूसरियां नूं बदलन की बजाए, दूसरियां नूं कोसण की बजाए, सिर्फ तुसीं अपने आप दे उत्ते कम करो भी मैं हुण की कर सकदा। चलो इस तरह दे ने मन लो, है जां नहीं वो नहीं, कहिंदे मन लो भी चलो इस तरह ही तुहाडे नाल होया सारा कुछ, मन लो। पर हुण मैं की कर सकदा अपने आप नूं खुश करन दे लई, अपने विचारां नूं, अपनियां फीलिंग्स नूं अच्छा करन दे लई मैं की कर सकदा। उहदे लई कहिंदे आ की कर सकदे हो तुसीं, एटीट्यूड ऑफ ग्रैटीट्यूड, शुकराने दे भाव विच आ जाओ। तुहाडी जिंदगी विच कुछ अच्छा भी तां है ना, उहदी चर्चा क्यों नहीं करदे। विक्टम जै बन के तुसीं क्यों बुराइयां दी चर्चा करी जांदे हो, मेरे नाल आह हो गया सी, आह हो गया सी, जां मेरे तां गोडे दुखदे ने, मेरे को कित्थे हिल हुंदा, मेरे को कित्थे कुछ कस हुंदा, पानी भी मैनूं कोई फड़ा देवे, मेरी सोटी भी मैनूं कोई फड़ा देवे, मतलब आप हिल के नहीं खाजी असी है। चंगा भी तां है ना तुहाडे कोल इन्ना कुछ जिंदगी विच, जदों तुसीं शुकराने दे भाव विच आउंदे हो तां इह चीज़ां तुहानूं बाय बाय करन लग जांदियां ने। WHO वाले कहिंदे ने अगर 90 days 90 दिन ਤੁਸੀਂ ਪੋਜ਼ਿਟਿਵਿਟੀ ਵਿੱਚ ਰਹਿ ਜਾਂਦੇ ਹੋ, ਪੋਜ਼ਿਟਿਵ ਹੀ ਸੋਚਦੇ ਹੋ, ਪੋਜ਼ਿਟਿਵ ਹੀ ਬੋਲਦੇ ਹੋ, ਪੋਜ਼ਿਟਿਵ ਹੀ ਫੀਲ ਕਰਦੇ ਹੋ, ਤੁਹਾਨੂੰ ਵੱਡੀਆਂ ਵੱਡੀਆਂ ਬਿਮਾਰੀਆਂ ਬਾਏ ਬਾਏ ਕਰਨ ਲੱਗ ਜਾਣਗੀਆਂ। ਔਰ ਅਗਰ ਤੁਸੀਂ 90 ਦਿਨ ਨੈਗੇਟਿਵਿਟੀ ਵਿੱਚ ਰਹਿ ਜਾਂਦੇ ਹੋ, ਤਾਂ ਜਿਵੇਂ ਸਾਨੂੰ ਹਵਾ ਛੂ ਕੇ ਟੱਚ ਕਰਦੀ ਨਾ, ਸਾਡੇ ਅੰਦਰ ਅਸਰ ਹੁੰਦਾ ਹਵਾ ਦਾ, ਇਵੇਂ ਹੀ ਤੁਹਾਨੂੰ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਤੁਸੀਂ ਅਟਰੈਕਟ ਕਰਨ ਲੱਗ ਜਾਂਦੇ, ਸਾਰੀ ਨੈਗੇਟਿਵਿਟੀ ਜਿਹੜੀ ਤੁਸੀਂ ਆਪਣੇ ਵੱਲ ਨੂੰ ਖਿੱਚਣ ਲੱਗ ਜਾਂਦੇ। ਸੋ ਇਹ ਆਪਣੀ ਰਿਸਪੋਂਸੀਬਿਲਿਟੀ ਲੈਣੀ ਸੰਗਤ ਜੀ, ਅਸੀਂ ਸਾਰਿਆਂ ਨੇ। ਇਹ ਕਹਿੰਦੇ ਹੁਣ ਗ੍ਰੈਟੀਚਿਊਡ ਵਿੱਚ ਕਿਵੇਂ ਆਈ ਹੈ, ਸ਼ੁਕਰਾਨੇ ਦੇ ਭਾਵ ਦੇ ਵਿੱਚ, ਇਹ ਵੀ ਤਾਂ ਅੱਗੇ ਅਸੀਂ ਸਿੱਖਣਾ ਨਾ ਕਿਵੇਂ ਆਈਏ। ਉਹਦੇ ਲਈ ਉਹ ਕਹਿੰਦੇ ਨੇ ਵੀ ਜਦੋਂ ਵੀ ਤੁਸੀਂ ਵਿਕਟਮ ਫੀਲ ਕਰਦੇ ਹੋ ਤਾਂ ਤੁਸੀਂ ਲੈਕਿੰਗ ਵੀ ਫੀਲ ਕਰਦੇ ਹੋ ਵੀ ਕਮੀਆਂ ਨੇ ਮੇਰੀ ਜ਼ਿੰਦਗੀ ਵਿੱਚ, ਚਾਹੇ ਨਿੱਕੀ ਜਿਹੀ ਗੱਲ ਆ ਵੀ ਚਲੋ ਮੇਰਾ ਸਿਰ ਦੁਖਦਾ ਜਾਂ ਮੇਰਾ ਗੋਡਾ ਹੀ ਦੁਖਦਾ ਆ, ਰਾਈਟ, ਕਿਸੇ ਦਾ ਦੁਖਦਾ ਹੋਵੇਗਾ, ਤਾਂ ਉਹਦੇ 'ਚ ਉਹਦੇ ਬਾਰੇ ਉਹ ਸੋਚੀ ਜਾਂਦਾ ਉਸ ਦੁੱਖ ਬਾਰੇ, ਵੀ ਲੈਕ ਉਹਨੂੰ ਕਮੀ ਲੱਗੀ ਜਾ ਰਹੀ ਹੈ, ਹੈਂ ਦੂਸਰੇ ਚੰਗੇ ਭਲੇ ਤੁਰੇ ਫਿਰਦੇ ਮੇਰਾ ਚੱਲ। ਹੁਣ ਉਹ ਕਹਿੰਦੇ ਨੇ ਇਹ ਗ੍ਰੈਟੀਚਿਊਡ ਵਿੱਚ ਰਹਿਣ ਦਾ ਇੱਕੋ ਹੀ ਤਰੀਕਾ, ਲੈਕਿੰਗ ਦਾ ਓਪੋਜ਼ਿਟ ਕੀ ਹੈ, ਅਬੰਡੈਂਸ, ਬਰਕਤਾਂ, ਸਮਰਿੱਧੀ, ਅਬੰਡੈਂਸ। ਸੋ ਜੋ ਮਿਲਿਆ ਆ ਜ਼ਿੰਦਗੀ ਦੇ ਵਿੱਚ ਉਹਨੂੰ ਦੇਖੋ, ਉਹਨੂੰ ਲਿਖੋ, ਔਰ ਅਬੰਡੈਂਸ ਤੱਕ ਪਹੁੰਚਣ ਦਾ ਤਰੀਕਾ ਗ੍ਰੈਟੀਚਿਊਡ ਹੀ ਹੈ, ਸ਼ੁਕਰਾਨਾ ਹੀ ਹੈ। ਸੋ ਅਗਰ ਅਸੀਂ ਇਹਦਾ ਪੂਰਾ ਉਹਦੇ ਵਿੱਚ ਜਾਈਏ ਨਾ, ਜੜ੍ਹ ਦੇ ਵਿੱਚ, ਤਾਂ ਉਹ ਇਹੀ ਹੈ ਕਿ ਅਸੀਂ ਜ਼ਿੰਦਗੀ ਵਿੱਚ ਜੋ ਸਾਨੂੰ ਦਾਤਾਂ ਮਿਲੀਆਂ ਨੇ, ਇਹਨੂੰ ਜੋ ਚੰਗਾ ਸਾਡੇ ਜੀਵਨ ਵਿੱਚ ਹੋ ਰਿਹਾ ਹੈ ਉਹਦੇ ਵੱਲ ਦੇਖ ਕੇ, ਉਹਦੇ ਵੱਲ ਸੋਚ ਕੇ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਹੀ ਕਰੀਏ, ਦੂਸਰਿਆਂ ਦਾ ਵੀ ਜ਼ਿੰਦਗੀ ਵਿੱਚ ਸ਼ੁਕਰਾਨਾ ਕਰੀਏ ਜਿਹੜੇ ਸਾਡੇ ਲਈ ਕੁਛ ਅੱਛਾ ਕਰ ਰਹੇ ਨੇ, ਉੱਥੇ ਵੀ ਪਰਮਾਤਮਾ ਹੀ ਬੈਠਾ ਹੈ। ਸੋ ਇਹ ਕਹਿੰਦੇ ਸ਼ੁਕਰਾਨਾ ਕਰਨਾ ਤੁਸੀਂ ਨਾ ਭੁੱਲੋ, ਹੈ ਥਿੰਕ ਪੋਜ਼ਿਟਿਵ। ਇਹਦੇ ਲਈ ਇਹ ਕਹਿੰਦੇ ਨੇ ਜਿਹਨਾਂ ਲੋਕਾਂ ਤੋਂ ਤੁਹਾਨੂੰ ਪ੍ਰੋਬਲਮ ਹੈ,
ਕੀਤੀ ਤਾਂ ਕਦੀ ਸੀ ਉਹਨਾਂ ਨੇ ਪ੍ਰੋਬਲਮ, ਅੱਜ ਵੀ ਤੁਸੀਂ ਫੀਲ ਕਰ ਰਹੇ ਹੋ, ਉਹਨਾਂ ਲੋਕਾਂ ਦੀ ਅੱਛਾਈ ਲਿਖੋ, ਲਿਖਣੀ ਸ਼ੁਰੂ ਕਰੋ, ਇਹ ਜ਼ਰੂਰੀ ਹੈ। ਤਾਂ ਕਿ ਤੁਸੀਂ ਉਹ ਲਿਖੋਗੇ ਤੁਹਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਅੱਛਾ ਜਾਣ ਲੱਗ ਜਾਏਗਾ, ਜਿਹੜਾ ਤੁਸੀਂ ਉਹ ਵਿਕਟਮ ਜਿਹਾ ਬਣੇ ਹੋਏ ਆ ਤੇ ਨੈਗੇਟਿਵਿਟੀ ਹੀ ਦੇਖ ਰਹੇ ਹੋ, ਬੁਰਾਈਆਂ ਹੀ ਦੇਖ ਰਹੇ ਹੋ, ਬਲੇਮ ਕਰ ਰਹੇ ਹੋ, ਉਹਦੇ ਵਿੱਚੋਂ ਤੁਹਾਡਾ ਮਾਈਂਡਸੈਟ ਬਾਹਰ ਨਿਕਲ ਜਾਵੇਗਾ। ਉਹਨਾਂ ਦੀਆਂ ਅੱਛਾਈਆਂ ਲਿਖੋ। ਅਗਰ ਤੁਸੀਂ ਇਸ ਰੋਗ ਨਾਲ, ਇਸ ਮਾਨਸਿਕ ਬਿਮਾਰੀ ਦੇ ਨਾਲ ਘਿਰੇ ਹੋ ਤਾਂ ਲਿਖਣੀਆਂ ਸ਼ੁਰੂ ਕਰੋ। ਇਵੇਂ ਹੀ ਤੁਹਾਡਾ ਅਗਰ ਗੋਡਾ ਤੁਹਾਨੂੰ ਲੱਗ ਰਿਹਾ, ਪੇਨ ਹੋ ਰਹੀ ਹੈ, ਉਹਦਾ ਵੀ ਅੱਛੇ ਉਹਦੇ ਬਾਰੇ ਲਿਖਣਾ ਸ਼ੁਰੂ ਕਰੋ। ਇਹ ਮੇਰੇ ਗੋਡੇ, ਕਿੰਨਾ ਜੀਵਨ ਤੂੰ ਮੈਨੂੰ ਚਲਾਇਆ, ਕਿੰਨਾ ਦੌੜਾਇਆ, ਕਿੰਨਾ ਕੁਛ ਮੇਰੇ ਨਾਲ ਤੂੰ ਸਾਥ ਦਿੱਤਾ। ਉਹ ਕਹਿੰਦੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਤੁਹਾਡੀ ਨੈਗੇਟਿਵਿਟੀ ਨੇ ਉਹ ਰੋਗ ਨੂੰ ਵਧਾਇਆ ਹੋਇਆ ਸੀ, ਤਾਂ ਉਹ ਤੁਹਾਡਾ ਠੀਕ ਵੀ ਹੋ ਸਕਦਾ। ਇੰਨਾ ਫੇਥ ਰੱਖੋ ਤੁਸੀਂ ਆਪਣੇ ਥੋਟਸ ਦੇ ਉੱਤੇ, ਆਪਣੀਆਂ ਫੀਲਿੰਗਸ ਦੇ ਉੱਤੇ। ਸੋ ਔਰ ਖੁਸ਼ ਰਹਿਣਾ ਤੁਹਾਡੀ ਆਪਣੀ ਹੀ ਲਾਇਬਿਲਿਟੀ ਹੈ। ਹੁਣ ਦੇਖੋ ਕਿੰਨਿਆਂ ਦੇ ਚਿਹਰਿਆਂ ਦੇ ਉੱਤੇ ਸਮਾਈਲ ਆ ਗਈ ਜਦੋਂ ਇੱਧਰ ਮੈਂ ਬੋਲਿਆ ਮੇਰੇ ਗੁੱਡੇ ਤੂੰ ਮੈਨੂੰ ਕਿੰਨਾ ਦੌੜਾਇਆ, ਕਿੰਨਾ ਕੰਮ ਕੀਤਾ ਮੇਰੇ ਨਾਲ, ਕਿੰਨਾ ਕੀਤਾ। ਹੋ ਗਿਆ ਨਾ ਅਸੀਂ ਖੁਸ਼ ਉਸ ਵੇਲੇ? ਸੋ ਸਾਡੇ ਹੀ ਵਿਚਾਰ ਆ ਜਿਹੜੇ ਸਾਨੂੰ ਦੁਖੀ ਕਰ ਦਿੰਦੇ ਨੇ, ਸਾਡੇ ਹੀ ਵਿਚਾਰ ਆ ਜਿਹੜੇ ਸਾਨੂੰ ਸੁੱਖ ਵਿੱਚ ਲੈ ਜਾਂਦੇ ਨੇ, ਖੁਸ਼ੀਆਂ ਵਿੱਚ ਲੈ ਜਾਂਦੇ ਨੇ। ਬਸ ਇੱਥੇ ਅਸੀਂ ਸਾਰਿਆਂ ਨੇ ਕੰਮ ਕਰਨਾ ਚੰਗਾ ਜੀ। ਕੋਈ ਔਖਾ ਨਹੀਂ ਆ ਇੱਥੇ, ਕੋਈ ਉਹ ਕਹਿੰਦੇ ਦਵਾਈ ਦੀ ਲੋੜ ਨਹੀਂ ਹੈਗੀ। ਸਿਰਫ ਤੁਹਾਨੂੰ ਆਪਣੇ ਵਿਚਾਰਾਂ ਨੂੰ, ਆਪਣੀਆਂ ਫੀਲਿੰਗਸ ਨੂੰ ਬਦਲਣ ਦੀ ਜ਼ਰੂਰਤ ਆ, ਆਪਣੀ ਰਿਸਪੋਂਸੀਬਿਲਟੀ ਲੈਣ ਦੀ ਜ਼ਰੂਰਤ ਆ ਹੈਪੀਨੈਸ ਦੇ ਲਈ, ਔਰ ਸ਼ੁਕਰਾਨਾ ਕਰਨ ਦੀ ਜ਼ਰੂਰਤ ਆ, ਦੂਸਰੇ ਦੀਆਂ ਅੱਛਾਈਆਂ ਦੇਖਣ ਦੀ ਜ਼ਰੂਰਤ ਆ। ਇੰਨਾ ਹੀ ਕੰਮ ਆ, ਕੋਈ ਵੱਡਾ ਕੰਮ ਨਹੀਂ ਹੈਗਾ। ਸੋ ਇਹ ਸਾਰੇ ਦਾ ਅਗਰ ਅਸੀਂ ਗੁਰਬਾਣੀ ਵਿੱਚੋਂ ਲਈਏ ਨਾ, ਇੱਕੋ ਹੀ ਸ਼ਬਦ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਾਰਾ ਨਿਚੋੜ ਕੱਢ ਕੇ ਰੱਖ ਦਿੱਤਾ। ਮਹਾਰਾਜ ਕਹਿੰਦੇ ਗੁਣਾ ਕਾ ਹੋਵੇ ਵਾਸ ਲਾ ਕੱਢ ਵਾਸ ਲਈ ਜੇ। ਗੁਣਾਂ ਦੀ ਸਾਂਝ ਪਾਓ ਆਪਸ ਦੇ ਵਿੱਚ, ਦੂਸਰਿਆਂ ਦੇ ਗੁਣ ਦੇਖੋ, ਤੁਹਾਡਾ ਕੋਈ ਗੁਣ ਆ ਕਿਸੇ ਨਾਲ ਸ਼ੇਅਰ ਕਰੋ, ਉਹਨੂੰ ਵੀ ਕੁਛ ਸਿਖਾ ਦਿਓ। ਗੁਣਾ ਕਾ ਹੋਵੇ ਵਾਸ ਲਾ ਕੱਢ ਵਾਸ ਲਈ ਜੇ, ਜੇ ਗੁਣ ਹੋਵਣ ਸਾਜ ਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਬੀਜੈ ਗੁਣਾ ਕਹੋ ਵੇ ਵਾਸਲਾ ਕੱਢ ਵਾਸ ਲੀਜੇ। ਭਲਾ ਭਲਾ ਕਹੋ, ਭਲੀਆਂ ਭਲੀਆਂ ਗੱਲਾਂ ਕਰੋ, ਚੰਗੀਆਂ ਚੰਗੀਆਂ ਗੱਲਾਂ ਕਰੋ, ਭਲਾ ਭਲਾ ਹੀ ਗੁਣ ਜਿੱਥੇ ਜਾਏ ਬਹੀਐ, ਜਿੱਥੇ ਵੀ ਜਾ ਕੇ ਬੈਠਦੇ ਹੋ ਮਹਾਰਾਜ ਕਹਿੰਦੇ ਭਲਾ ਕਹੀ। ਫਿਰ ਦੇਖੋ ਝੋਲ ਅੰਮ੍ਰਿਤ ਬੀਜੈ, ਭਲਾ ਕਹੋਂਗੇ ਭਲਾ ਅਟਰੈਕਟ ਕਰੋਂਗੇ, ਭਲਿਆਂ ਦੇ ਨਾਲ ਕਨੈਕਸ਼ਨ ਬਣ ਜਾਵੇ। ਸੋ ਭਲਾ ਹੀ ਸੋਚੋ, ਭਲਾ ਹੀ ਬੋਲੋ, ਭਲਾ ਹੀ ਕਰੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਤਾਂ ਸਾਡੀ ਅਰਦਾਸ ਚ ਆ, ਭਲਾ ਮੰਗਣਾ, ਭਲਾ ਸੋਚਣਾ, ਭਲਾ ਕਰਨਾ। ਇਹਦੇ ਉੱਤੇ ਅਸੀਂ ਸਾਰੇ ਜਾਣੇ ਗੁਰੂ ਮਹਾਰਾਜ ਦਾ ਅਸੀਸਾਂ ਲੈ ਕੇ ਗੁਣਾਂ ਦੀ ਸਾਂਝ ਪਾਇਆ ਕਰਾਂਗੇ ਇੱਕ ਦੂਸਰੇ ਦੇ ਨਾਲ। ਪਰਿਵਾਰ ਵਿੱਚ ਵੀ ਅਗਰ ਕਿਸੇ ਦੀ ਚਰਚਾ ਕਰਦੇ ਹਾਂ ਨਾ, ਰਿਸ਼ਤੇਦਾਰਾਂ ਦੀ, ਉਹਨਾਂ ਦਾ ਜਿਹੜਾ ਚੰਗਾ ਗੁਣ ਹੈ ਉਹਦੀ ਚਰਚਾ ਅਸੀਂ ਕਰੀਏ, ਆਪਣੇ ਰੋਗਾਂ ਦੀ ਕਿਉਂ ਚਰਚਾ ਕਰੀਏ? ਆਪਣੇ ਇੰਨਾ ਕੁਛ ਪਰਮਾਤਮਾ ਨੇ ਦਿੱਤਾ ਆ, ਤੰਦਰੁਸਤੀਆਂ ਵੀ ਨੇ, ਉਹਦੀ ਅਸੀਂ ਚਰਚਾ ਕਰੀਏ, ਤਾਂ ਕਿ ਉਹੀ ਚੀਜ਼ਾਂ ਅਟਰੈਕਟ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ। ਸਾਡਾ ਸਰੀਰ ਵੀ ਤੰਦਰੁਸਤ ਹੋਵੇ, ਸਾਡਾ ਮਨ ਵੀ ਨਿਰਮਲ ਹੋਵੇ, ਔਰ ਸਾਡੀ ਰੂਹ ਵੀ ਉਚਾਈਆਂ ਦੇ ਵਿੱਚ ਹੋਵੇ। ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਸੰਗਤਾਂ ਦਾ, ਗੁਰਿੰਦਰ ਕੌਰ ਜੀ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮੁਸਕਰਾ ਰਹੇ ਹੋ ਸਾਰੇ, ਬੜੇ ਪਿਆਰੇ ਲੱਗ ਰਹੇ, ਕਿਉਂਕਿ ਤੁਹਾਡੀ ਰਿਸਪੋਂਸੀਬਿਲਟੀ ਆ ਮੁਸਕਰਾਉਣਾ ਔਰ ਖੁਸ਼ ਰਹਿਣਾ। ਸਭ ਦੀ ਟਿੱਪਣੀ।